ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਝਾਮਕੇ, ਤਹਿਸੀਲ ਤਰਨ ਤਾਰਨ, ਜ਼ਿਲ੍ਹਾ ਵੀ ਦੋਸਤੋ ਜਿਹੜਾ ਤਰਨ ਤਾਰਨ ਪੈ ਜਾਂਦਾ। ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਹੌਲੇ ਭਾਅ ਦੀਆਂ ਜਿਹੜੀਆਂ ਦੋ ਗਾਵਾਂ, ਦੋ ਵੈੜਾਂ ਪਹਿਲੇ ਸੂਬੇ ਵਿਖਾਉਣੀਆਂ, ਤਾਜ਼ੀਆਂ ਸੂਈਆਂ ਜਿਨ੍ਹਾਂ ਦੋਵਾਂ ਦੇ ਮਗਰ ਵੱਛੀਆਂ, ਅਤੇ ਇੱਕ ਗੱਬਨ ਗਾਂ ਜਿਹੜੀ ਤੁਹਾਨੂੰ ਆ ਦਿਖਾਉਣੀ ਹੈ ਜਰਸੀ ਕ੍ਰੋਸ ਦੇ ਵਿੱਚ, ਜਿਹੜਾ ਗਾਂ ਗਰਮੀ ਦਾ ਮੌਸਮ ਆਉਣ ਦਿਆ, ਅਤੇ ਉਹਨਾਂ ਵੀਰਾਂ ਵਾਸਤੇ ਜਿੰਨਾ ਗਰਮੀ ਝੱਲਣ ਵਾਲੀਆਂ ਗਾਵਾਂ ਜਿਨ੍ਹਾਂ ਨੇ ਲੈਣੀਆਂ। ਆਹ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਹਾਂ, ਅਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਇਸ ਚੈਨਲ 'ਤੇ ਪਹਿਲੀ ਵਾਰੀ ਆਇਆ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣ। ਆਹ ਹੁਣ ਵੀਰ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਹੋਰ ਸੁਣਾਓ ਕੀ ਹਾਲ ਚਾਲ ਜੇ? ਠੀਕ ਠਾਕ ਵਧੀਆ ਵੀਰ ਜੀ। ਵੀਰ ਜੀ ਆਪਣਾ ਨਾਮ ਬੋਲ ਦਿਓ ਜੀ। ਨਾਂ ਹਰਦੀਪ ਸਿੰਘ, ਪਿੰਡ ਹਰਦੀਪ, ਝਾਮਕੇ ਖੁਰਦ, ਤਹਿਸੀਲ ਜ਼ਿਲ੍ਹਾ ਤਰਨ ਤਾਰਨ। ਕਿੰਨਾ ਕੁ ਆਪਾਂ ਨੇ ਇੱਥੇ ਤਰਨ ਤਾਰਨ ਪੈ ਜਾਂਦਾ ਜੀ? ਤਰਨ ਤਾਰਨ ਵੀਰ ਜੀ 18 ਕਿਲੋਮੀਟਰ ਦੇ ਲਗਭਗ ਹੈ ਜੀ। 18 ਕਿਲੋਮੀਟਰ ਦੇ ਲਗਭਗ, ਹਾਂਜੀ। ਅਤੇ ਲਾਗੇ ਆਪਾਂ ਨੂੰ ਗੱਗਬੂਆ ਝਬਾਲ ਪੈ ਜਾਂਦਾ, ਔਰ ਹਾਂਜੀ ਹਾਂਜੀ ਝਬਾਲ ਇੱਥੋਂ 13-14 ਕਿਲੋਮੀਟਰ, ਗੱਗਬੂਆ 7 ਕਿਲੋਮੀਟਰ। ਠੀਕ ਹੈ, ਅਤੇ ਫੋਨ ਨੰਬਰ ਵੀਰ ਜੀ ਇੱਕ ਵਾਰੀ ਬੋਲ ਦਿਓ ਆਪਣਾ। 9598-10-2-43। ਠੀਕ ਹੈ। 9761-47-06। ਠੀਕ ਹੈ, ਹਾਂਜੀ। ਅਤੇ ਅੱਜ ਵੀਰ ਜੀ ਫਿਰ ਕਿੰਨੇ ਪਸ਼ੂ ਕਿਤੇ ਪਕਾਓ? 3 ਪਸ਼ੂ ਹੈ ਜੀ ਵੀਰ ਜੀ ਆਪਣੇ ਕੋਲ। ਠੀਕ ਹੈ। ਬੜੇ ਵੀਰਾਂ ਦੀ ਡਿਮਾਂਡ ਆਈ ਹੈ ਕਿ ਹੌਲੇ ਭਾਅ ਦੇ ਪਸ਼ੂ ਹੈ ਜਿਹੜੇ ਘਰ ਰੱਖਣ ਵਾਸਤੇ, ਅਤੇ ਮੀਡੀਅਮ ਜੇ ਦੁੱਧ ਵਾਲੇ, ਰੇਟ ਘੱਟ ਹੋਵੇ, ਦੁੱਧ ਚੰਗਾ ਮਿਲ ਜੇ, ਅਤੇ ਉਹ ਪਸ਼ੂ ਲੱਭ ਕੇ ਦਿਓ। ਇਸ ਕਰਕੇ 2 ਛੋਟੀਆਂ ਪਹਿਲਣਾ ਬੈਠਾ। ਅੱਛਾ ਜੀ, ਇੱਕ ਆਪਣੇ ਕੋਲ ਚੰਗੀ ਗਾਂ। ਅੱਛਾ ਜੀ, ਹਾਂਜੀ। ਠੀਕ ਹੈ, ਸ਼ੁਰੂਆਤ ਕਰੀਏ ਸਭ ਤੋਂ ਪਹਿਲਾਂ, ਫਿਰ ਗਾਂ ਵਿਖਾ ਦਈਏ, ਫਿਰ ਜਿਹੜੀਆਂ ਵੈੜਾਂ ਆਪਾਂ ਵਿਖਾਉਂਦੇ ਹਾਂ। ਹਾਂਜੀ ਠੀਕ ਹੈ, ਆ ਜੀ ਜੀ, ਆ ਦੇਖ ਸਕਦੇ। ਸਭ ਤੋਂ ਪਹਿਲਾਂ ਦੋਸਤੋ ਜਿਹੜੀ ਆਹ ਵਾਲੀ ਗਾਂ ਤੁਹਾਨੂੰ ਦਿਖਾ ਦੇਣੀ ਆ, ਉਹ ਤੋਂ ਬਾਅਦ ਜਿਹੜੀਆਂ ਦੋ ਵੈੜਾਂ, ਇਹ ਤੋਂ ਬਾਅਦ ਦਿਖਾਵਾਂਗੇ ਥਣ। ਸਭ ਤੋਂ ਪਹਿਲਾਂ ਇਹਨੇ ਦਿਖਾਉਣੇ ਚਾਹਵਾਂਗੇ ਥਣ, ਜਿਹੜਾ ਸੋਹਣਾ ਬਿਲਕੁਲ ਬਰਾਬਰ ਜਿਹਾ, ਵਧੀਆ ਜੀ ਲੈਂਥ ਵਾਲਾ ਜਿਹੜਾ ਥਣ ਲੱਗਾ ਇਹਨੂੰ। ਹਾਂਜੀ ਵੀਰ ਜੀ, ਕਿੰਨਵੇਂ ਸੂਬੇ ਸੋਣਾ ਜੀ ਇਹਨੇ? ਤੀਜਾ ਸੂਬਾ ਸੋਣਾ ਵੀਰ ਜੀ। ਤੀਸਰਾ ਸੂਬਾ ਸੋਣਾ, ਅਤੇ ਕਿੰਨਾ ਕੁ ਦੁੱਧ ਤੀਸਰੇ ਸੂਬੇ ਕਰੂਗੀ ਇਹ? ਤੀਸਰੇ ਸੂਬੇ ਕਰ ਜੂਗੀ 18 ਕਿਲੋ ਦੁੱਧ ਲਗਭਗ ਦੇ ਦੂਗੀ। ਪਿਛਲੇ ਘਰ ਵਾਲਿਆਂ ਨੇ ਦੂਜੇ ਸੂਬੇ ਦਾ 18 ਕਿਲੋ ਦੁੱਧ ਦੱਸਿਆ, 17-18 ਦੇ, ਤਾਂ ਆਪਾਂ ਫਿਰ ਵੀ 17-18 ਹੀ ਕਹਿ ਕੇ ਦਿੰਦੇ ਹਾਂ। ਅੱਛਾ ਠੀਕ ਹੈ, ਹਾਂਜੀ। ਬਾਕੀ ਦੁੱਧ ਵੱਧ ਕੱਢ ਸਕਦੀ ਹੈ, ਬਾਕੀ ਇਹੋ ਜਿਹੀਆਂ ਗਾਵਾਂ 17-18 ਕਿਲੋ ਦੁੱਧ ਦੇ ਦੇਣ ਤਾਂ ਵਧੀਆ ਹੁੰਦਾ ਗਾ, ਗਰਮੀ ਦਾ ਮੌਸਮ ਜਿਹੜਾ ਆਉਂਦਿਆ ਵਾ। ਹਾਂਜੀ ਹਾਂਜੀ, ਇੰਨਾ ਸਾਰੀ ਗਰਮੀ 'ਚ ਜਿਹੜਾ ਦੁੱਧ ਦੇਣਾ ਹੈ। ਹਾਂਜੀ ਠੀਕ ਹੈ, ਤੋਰ ਕੇ ਵਿਖਾਈਏ ਫਿਰ ਇਹਨੂੰ। ਹਾਂਜੀ ਲੈ ਜਾ ਵੀਰ ਜੀ। ਕਿੰਨੇ ਕੁ ਦਿਨ ਵੀਰ ਜੀ ਜੇ ਖੜਦੀ ਹੈ? 10 ਦਿਨ ਦੀ ਕੱਚੀ ਯਾਰ, ਹਵਾਨੇ ਦੀ ਕੁਆਲਿਟੀ ਤੁਸੀਂ ਹੁਣ ਤੋਂ ਦੇਖ ਸਕਦੇ ਜੀ, ਸੋਹਣਾ ਹਵਾਨਾ ਜਿਹੜਾ ਇਹਨੇ ਤਿਆਰ ਕੀਤਾ, ਕਰੂਗੀ ਹਲੇ। ਠੀਕ ਹੈ, ਬਾਕੀ ਕੱਦ ਕਾਠ ਅਤੇ ਬੋਡੀ ਵੇਟ ਦੀ ਚੰਗੀ ਆ। ਤੀਸਰਾ ਸੂਬਾ ਵੀਰ ਜੀ ਹੁਣੀ ਕਹਿੰਦੇ ਕਿ ਜਿਹੜਾ ਇਹਨੇ ਸੋਹਣਾ, ਅਤੇ ਦੁੱਧ 17-18 ਲੀਟਰ ਜਿਹੜਾ ਤੀਸਰੇ ਸੂਬੇ 'ਚ ਕੱਢੂਗੀ। ਬਾਕੀ ਦੇਸੀ ਗਾਵਾਂ ਜਿਹੜੀਆਂ 17-18 ਲੀਟਰ ਦੁੱਧ ਕੱਢ ਦੇਣ, ਅਤੇ ਉਹਦੇ ਨਾਲ ਦੀ ਰੀਸ ਨਹੀਂ ਕੋਈ ਹੁੰਦੀ। ਆਹ ਵੀਰ ਤੁਹਾਨੂੰ ਜਿਹੜਾ ਇਹਦਾ ਮੁੱਲ ਉਹ ਪੁੱਛਦੇ ਆਪਾਂ। ਹਾਂਜੀ ਵੀਰ ਜੀ, ਫਿਰ 10 ਦਿਨਾਂ ਤੱਕ ਹਵਾਨਾ ਕਰ ਜੂਗੀ ਵਧੀਆ ਤਿਆਰ? ਬਿਲਕੁਲ ਵਧੀਆ ਤਿਆਰ ਕਰੂਗੀ ਵੀਰ ਜੀ। ਅਤੇ ਕੀ ਮੁੱਲ ਕਰਦੇ ਇਹਦਾ ਫਿਰ? ਮੁੱਲ ਤਾਂ ਵੀਰ ਜੀ ਰੱਖਿਆ 38,000 ਰੁਪਇਆ। ਅੱਛਾ, ਉਹ 'ਚੋਂ ਮਾਨ ਤਾਨ ਕਰ ਦਾਂਗੇ, 2,000 ਛੱਡ ਦਾਂਗੇ, 36,000 ਦੀ ਗਾਂ। 36,000 ਦੀ ਗਾਂ 18 ਲੀਟਰ ਵਾਲੀ ਦੇ ਦੇਣੀ ਆ? ਦੇ ਦੇਣੀ ਆ ਵੀਰ ਜੀ। ਠੀਕ ਹੈ, ਉਹ ਵੀ ਕੋ ਵੀਰ ਭਰਾ, ਉਹ 'ਚੋਂ ਵੀ ਮਾਨ। ਅੱਛਾ, ਉਹ 'ਚੋਂ ਵੀ ਮਾਨ ਤਾਨ ਜਿਹੜਾ ਕਰ ਦੇਣ, ਕਰ ਦਾਂਗੇ। ਠੀਕ ਆ, 35 ਦੀ ਦੇ ਦੇਾਂਗੇ। ਅੱਛਾ, ਬਸ ਕਰ ਜਾਓ, ਸਾਰਾ ਮਾਨ ਤਾਨ ਉਹਨੇ ਕਰ ਦੇਣਾ ਹੈ। ਦੋਸਤੋ ਜਿਹੜੀ ਆ ਦੂਸਰੇ ਨੰਬਰ 'ਤੇ ਜਿਹੜੀ ਵੈੜ ਤੁਹਾਨੂੰ ਹੋਰ ਦਿਖਾਉਣੀ ਇੱਕ, ਇਹ ਡਰਦੀ ਥੋੜ੍ਹਾ ਜਿਹਾ ਕੈਮਰੇ ਤੋਂ। ਹਾਂਜੀ ਵੀਰ ਜੀ, ਕਿੰਨਵਾਂ ਸੂਬਾ ਸੂਈ ਹੈ ਜੀ? ਪਹਿਲਾਂ ਹੀ ਵੈੜ ਵੀਰ ਜੀ, ਪਹਿਲਾਂ ਹੀ ਵੈੜ ਹੈ। ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ? 6 ਦਿਨ ਹੋ ਗਏ ਵੀਰ ਜੀ ਸੂਈ ਨੂੰ। 6 ਦਿਨ ਹੋ ਗਏ ਸੂਈ ਨੂੰ, ਮਗਰ ਕੀ ਆ ਗਿਆ ਇਹਦੇ? ਵੱਛੀ ਆ ਗਈ ਵੀਰ ਜੀ। ਦੇ ਸਾਡੇ ਦੋਸਤੋ ਮਗਰ ਵੱਛੀ ਆ, ਉਹ ਵੱਛੀ ਪਿੱਛੇ ਲੁਕੀ ਜਿਹੜੀ ਥੱਲੇ। ਤੇ ਇਸ ਟਾਈਮ ਕਿੰਨਾ ਦੁੱਧ ਇਹਦੇ ਥੱਲੇ ਤਿਆਰ ਹੈ ਜੀ? ਵੀਰ ਜੀ 10 ਤੋਂ ਬਾਅਦ ਦੁੱਧ ਚੱਲਣ ਦੇ, 11 ਫਿਰ ਵੀ ਆਪਾਂ 10 ਕਹਿ ਗਏ। 10 ਤੋਂ ਹੀ ਕਹਿ ਕੇ ਦੋਗੇ, ਤੇ ਦੁੱਧ ਵੱਧ ਸਕਦੇ? ਔਰ ਦੁੱਧ ਵੱਧ ਸਕਦੀ, ਦੁੱਧ 12-13 ਕਿਲੋ ਆਰਾਮ ਨਾਲ ਦੇਣਾ ਵਾ। ਅੱਛਾ, 12-13 ਕਿਲੋ ਬੜੇ ਰਮਾਨ ਕਿਲੋ ਤੇ ਬਿਲਕੁਲ ਨਾਰਮਲ ਸੇਵਾ ਤੇ ਆਰਾਮ ਨਾਲ ਦੇਣਾ, ਬਾਕੀ ਕਾਂ ਗਰਮੀ ਆਉਂਦੀ ਹੈ ਉਹਦੇ ਹਿਸਾਬ ਨਾਲ ਬਹੁਤ ਵਧੀਆ ਫਿੱਟ ਕੰਮ। ਠੀਕ ਹੈ ਜੀ, ਪਹਿਲੇ ਸੂਏ ਜਿਹੜਾ 12 ਕਿਲੋ ਦੁੱਧ ਇਹਨੇ ਕੱਢਣਾ ਹੈ। ਹਾਂਜੀ ਠੀਕ ਹੈ, ਹੁਣ ਇਸ ਟਾਈਮ 10 ਤੋਂ ਬਾਅਦ ਦੁੱਧ 10 ਕਿਲੋ ਪੱਕਾ ਦੁੱਧ ਤਿਆਰ ਹੈ ਜੀ। ਚਵਾ ਕੇ ਦੋਗੇ 10 ਕਿਲੋ? ਕੋ ਦੋ ਟਾਈਮ ਤਿੰਨ ਟਾਈਮ ਚੋਲੇ ਤਿੰਨ ਟਾਈਮ ਚੋਗੇ, ਵੀਰ ਆਵੇ ਇੱਥੇ ਤਸੱਲੀ ਕਰੇ, ਕੋਈ ਭੂਰ ਛੱਟਾ ਨਹੀਂ। ਜੇ ਕੋਈ ਨਹੀਂ ਵੀ ਵੀਰ ਆਉਂਦਾ ਹਾਂਜੀ, ਇੱਥੇ ਉਹਨੂੰ ਚਵਾ ਸਕਦੇ ਆ, ਵੀਡੀਓ ਕਾਲ ਤੇ ਵੀ ਚਵਾ ਸਕਦੇ ਆ,
ਬਾਕੀ ਭੂਰ ਛੱਟੇ ਦੀ ਜੇ ਕੋਈ ਨਹੀਂ ਵੀ ਤਾਰ ਮਾਰਦਾ ਭੂਰ ਛੱਟੇ ਦੀ ਘਰ ਤੱਕ ਦੀ ਗਰੰਟੀ ਆ। ਠੀਕ ਠੀਕ ਚਲੋ ਖੋਲ ਕੇ ਵਿਖਾਈਏ ਇਹਨਾਂ ਨੂੰ। ਰੰਗ ਰੂਪ ਦੀ ਦੋਸਤੋ ਇਹ ਸੋਹਣੀ ਆ, ਇਹ ਵੀ ਦਰਮਿਆਨਾ ਜਿਹਾ ਕੱਦ। ਇੱਕ ਵਾਰੀ ਤੁਹਾਨੂੰ ਜਿਹੜਾ ਇਹਦਾ ਦਿਖਾਉਣ ਦੀ ਕੋਸ਼ਿਸ਼ ਕਰਦੇ। ਹਾਂਜੀ ਆ ਜਾਓ ਵੀਰ ਜੀ, ਲੈ ਆਓ ਜੀ। ਪਹਿਲਾਂ ਸੂਆ ਜੇ ਸੂਈ ਆ, ਤੇ ਮਗਰ ਵੀ ਇਹਦੇ ਵੱਛੀ ਆ। ਹਾਂ ਵੀਰ, ਤੁਹਾਨੂੰ ਪੁੱਛਦੇ ਦਾ ਫਿਰ ਕੀ ਮੁੱਲ ਕਰਦੇ। ਚਵਾ ਚਵੋ ਵੀਰ ਕਹਿੰਦਾ ਬਿਲਕੁਲ ਓਕੇ, ਅਤੇ ਰੰਗ ਰੂਪ ਦੀ ਸੋਹਣੀ ਆ। ਹਾਂਜੀ ਵੀਰ ਜੀ, ਫਿਰ ਮਾਨਦਾਨ ਕਰੀ ਜਾਣੇ ਜਾਪਦਾ ਅੱਜ ਬਸ। ਹੁਣ ਤੀਸਰੇ ਨੰਬਰ ਤੇ ਜਿਹੜੀ ਆ ਵਾਲੀ ਵੈੜ ਹੁਣ ਤੁਹਾਨੂੰ ਦਿਖਾਉਣੀ ਆ, ਇਹਦਾ ਭਾਅ ਜਾਪਦਾ ਉਹ ਤਾਂ ਵੀ ਹੌਲਾ ਜਿਹੜਾ ਹੋਣਾ। ਹੁਣ ਇੱਕ ਵਾਰੀ ਤੁਹਾਨੂੰ ਇਹਦਾ ਵੀ ਦਿਖਾ ਦਈਏ, ਸਾਨੂੰ ਤੁਹਾਨੂੰ ਸੋਹਣਾ ਲੱਗਾ ਇਹਦੇ ਵੀ। ਹਾਂਜੀ ਵੀਰ ਜੀ, ਇਹ ਕਿੰਨਵਾਂ ਸੂਆ ਸੂਈ ਆ ਜੀ? ਇਹ ਵੀ ਪਹਿਲਾਂ ਨੇ ਵੀਰ ਜੀ, ਪਹਿਲਾਂ ਨਹੀਂ ਆ। ਹਾਂਜੀ, ਕਿੰਨੋ ਕਿੰਨੇ ਦਿਨ ਹੋ ਗਏ ਸੂਈ ਨੂੰ? ਇਹਨੂੰ 3 ਦਿਨ ਸੂਈ ਨੂੰ ਹੋਏ ਵੀਰ ਜੀ। 3 ਦਿਨ ਹੋਏ ਆ, ਤੇ ਜੇ ਬੋਲਾ ਹੀ ਬਣਦਾ ਨਾ ਇਹਦਾ? ਬੋਲਾ ਹੀ ਆ ਵੀਰ ਜੀ ਅਜੇ। ਕਿੰਨਾ ਕੁ ਬੋਲਾ ਇਹਦੇ ਥੱਲੇ? ਬੋਲਾ 6 ਕਿਲੋ ਤਿਆਰ ਹੈ ਵੀਰ ਜੀ ਅਜੇ। 6 ਕਿਲੋ ਤੇ ਤੁਹਾਨੂੰ ਪਤਾ ਵੀ ਵੱਛੀ ਬੱਚਾ ਜ਼ਿਆਦਾ ਤਗੜਾ ਦਿੱਤਾ ਹੈ ਤੇ ਵੱਛੀ ਥੋੜੀ ਜਿਹੀ ਸੂਝ ਹੈ। ਮਗਰ ਕੀ ਆ ਇਹਦੇ? ਵੱਛੀ ਹੈ ਜੀ ਵੀਰ ਜੀ। ਹਾਂ ਦੇਖ ਸਕਦੇ ਵੱਛੀ ਵੀ ਦੋਸਤੋ ਇਹਦੇ, ਮਗਰ ਜਿਹੜੀ ਸੋਹਣੀ ਆ। ਗਾਂ ਦੇ ਹਿਸਾਬ ਨਾਲ ਬੱਚਾ ਜਿਹੜਾ ਵੱਡਾ, ਕਿਸੇ ਨੇ ਟੀਕਾ ਜਿਹੜਾ ਗਾਂ ਨੂੰ ਚੰਗਾ ਵਧੀਆ ਭਰਾਇਆ ਹੈ, ਤੇ ਪਰ ਗਾਂ ਦੇ ਹਿਸਾਬ ਨਾਲ ਵੱਛੀ ਜਿਹੜੀ ਵੱਡੀ ਆ, ਉਹਦੇ ਕਰਕੇ ਥੋੜਾ ਗਾਂ ਨੂੰ ਲੱਪਾ ਵੀ ਲੱਗਾ। ਗਾਂ ਦੀ ਵੀਰ ਜੀ ਸਾਂਭ ਨਹੀਂ ਹੋਈ ਪਹਿਲਣ ਦੀ, ਜੇ ਪਹਿਲਾਂ ਵੀਰ ਨੇ ਕਿਸੇ ਨੇ ਸਾਂਭ ਕੀਤੀ ਹੋਈ 14-15 ਲੀਟਰ ਦੁੱਧ ਤੇ ਵੱਛੀ ਨੇ ਪਹਿਲਣ ਨੇ ਚੱਲ ਜਾਣਾ ਸੀ ਬੜੇ ਆਰਾਮ ਨਾਲ, ਤੇ ਕਿੰਨਾ 10 ਤੋਂ ਬਾਅਦ ਦੁੱਧ ਹੁਣ ਵੀ ਲਗਭਗ ਦਊਗੀ। ਅੱਛਾ, 10 ਤੋਂ ਬਾਅਦ ਹੁਣ ਵੀ ਪਹੁੰਚ ਜੂਗੀ। ਜਿੰਨਾ ਦਿਨਾਂ ਦੀ ਸੂਈ ਥੱਲੇ 6 ਲੀਟਰ ਵੀਰ ਜੀ ਬੋਲਾ ਤਿਆਰ ਆ, ਆਪਾਂ ਪੂਰਾ ਬੱਚੇ ਨੂੰ ਰਜਾ ਕੇ 4 ਕਿਲੋ ਦੁੱਧ ਫਿਰ ਵੀ ਚੋਣਦੇ ਆ, ਤੇ 10 ਲੀਟਰ ਦੁੱਧ ਕਰ ਜੂਗੀ ਇਹ ਪੂਰਾ? ਬਿਲਕੁਲ ਕਰ ਜੂਗੀ। ਚਲੋ ਖੋਲ ਕੇ ਵਿਖਾਈਏ ਫਿਰ ਇਹਨਾਂ ਵੀ। ਦੇਖ ਸਕਦੇ ਇਸ ਟਾਈਮ 6 ਲੀਟਰ ਵੀਰ ਜੀ ਨੇ ਕਹਿੰਦੇ ਕਿ ਇਹਦੇ ਥੱਲੇ ਬੋਲਾ ਚੱਲਣ ਦਿਆ, 3 ਦਿਨ ਦੀ ਸੂਈ ਆ। ਹਾਂਜੀ ਅੱਜ ਲੈ ਆਇਆ ਜੀ, ਸਰੀਰ ਤੋਂ ਥੋੜ੍ਹੀ ਜਿਹੀ ਲਿੱਸੀ, ਥੋੜ੍ਹਾ ਲੱਪਾ ਵੀ ਲੱਗਾ ਬੱਚਾ ਗਾਂ ਦੇ ਹਿਸਾਬ ਨਾਲ ਜਿਹੜਾ ਇਹਨੇ ਵੱਡਾ ਦਿੱਤਾ, ਅਤੇ ਮਗਰ ਇਹਦੇ ਵੱਛੀ ਆ, ਕੋਈ ਸਾਂਭ ਵਾਲਾ ਵੀਰ ਖੜਦਾ, ਅਤੇ ਦੁੱਧ ਵੀ ਸਾਰੀ ਗਰਮੀਆਂ 'ਚ ਹੋਊਗਾ। ਰੇਟ ਵੇਖੋ ਇਹਦਾ ਕੀ ਵੀਰ ਕਰਦਾ। ਹੁਣ ਵੱਛੀ ਬੜੀ ਸੋਹਣੀ ਜਿਹੜੀ ਇਹਦੇ ਮਗਰ ਆਈ ਹੈ। ਹਾਂਜੀ ਵੀਰ ਜੀ, ਇਹਦਾ ਕੀ ਮੁੱਲ ਕਰਦੇ ਜੀ ਫਿਰ? ਮੁੱਲ ਤੇ ਰੱਖਿਆ ਵੀਰ ਜੀ 18,000 ਉਹ ਚੋਂ ਮਾਨਦਾਨ ਕਰ ਦਿਆਂਗੇ। ਅੱਛਾ ਅੱਛਾ, 17 ਦੀ ਵੱਛੀ ਦੇ ਦਿਆਂਗੇ। 17,000 ਦੀ ਉਹ ਚੋਂ ਵੀ ਯਾਰ ਛੱਡ ਦਾਂਗੇ, 16 ਦੀ ਦੇ ਦਾਂਗੇ। ਅੱਛਾ, 16,000 ਤੇ 10 ਲੀਟਰ ਵਾਲੀ ਸ਼ੁਰੂ? ਹਾਂਜੀ ਹਾਂਜੀ, ਪਹਿਲਾਂ ਵੈਡ ਹੋ ਗਈ। ਠੀਕ ਹੈ ਜੀ। ਹਾਂਜੀ ਠੀਕ ਹੈ ਵੀਰ ਜੀ, ਹੋਰ ਕੁਛ ਕਹਿਣਾ ਚਾਹੋਗੇ ਜੀ? ਬਾਜੀ ਵੀਰ ਜੀ ਇਹੋ ਕਹਿਣਾ ਚਾਹਾਂਗੇ, ਜਿਹੜੇ ਵੀਰ ਭਰਾ ਨੇ ਫੋਨ ਤੇ ਵੀ ਡੰਗਰ ਮੰਗਵਾਉਣਾ ਹੈ, ਹਾਂਜੀ ਦੁੱਧ ਦੀ ਗਰੰਟੀ ਹੋਊਗੀ, ਜਿੰਨਾ ਦੁੱਧ ਕਵਾਂਗੇ ਉਹਨਾਂ ਦੁੱਧ ਨਿਕਲੂ, ਭਾਵੇਂ ਕੋਈ ਧਾਰ ਵੀ ਨਾ ਮਾਰੇ। ਠੀਕ ਹੈ ਜੀ। ਹਾਂਜੀ ਹਾਂਜੀ, ਠੀਕ ਹੈ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਹਾਂ ਦੇਖ ਸਾਡੇ ਦੋਸਤੋ, ਕਿਸੇ ਵੀ ਵੀਰ ਨੂੰ ਕੋਈ ਵੀ ਪਸ਼ੂ ਪਸੰਦ ਆਉਂਦਾ, ਆਪਣਾ ਆਵੇ 2 ਟਾਈਮ 3 ਟਾਈਮ ਤਸੱਲੀ ਕਰੇ, ਅਤੇ ਆਪਣਾ ਫਿਰ ਪਸ਼ੂ ਖਰੀਦੇ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ।